ਤੇਜ਼ ਰਫ਼ਤਾਰ ਕਾਰ ਨੇ ਲਈ ਦੋ ਸ਼ਰਧਾਲੂਆਂ ਦੀ ਜਾਨ। ਗੱਡੀ 'ਚ ਜਾ ਰਹੇ ਸੀ ਹੇਮਕੁੰਟ ਸਾਹਿਬ ਮੱਥਾ ਟੇਕਣ, ਖੜੀ ਕਾਰ 'ਚ ਪਿੱਛੋਂ ਆ ਰਹੀ ਗੱਡੀ ਨੇ ਮਾਰੀ ਟੱਕਰ। ਦੱਸ ਦਈਏ ਕਿ ਦਰਦਨਾਕ ਹਾਦਸਾ ਹੋਇਆ ਜਿੱਥੇ ਕੁਝ ਲੋਕ ਪੂਰੀ ਸ਼ਰਧਾ ਦੇ ਨਾਲ ਮੱਥਾ ਟੇਕਣ ਸ੍ਰੀ ਹੇਮਕੁੰਟ ਸਾਹਿਬ ਜਾ ਰਹੇ ਸੀ, ਤਾਂ ਰਸਤੇ 'ਚ ਇਹਨਾਂ ਦੀ ਗੱਡੀ 'ਚ ਪਿੱਛੋਂ ਆ ਰਹੀ ਗੱਡੀ ਨੇ ਟੱਕਰ ਮਾਰ ਦਿੱਤੀ। ਤਾਂ ਟੱਕਰ ਇੰਨੀ ਭਿਆਨਕ ਸੀ ਕਿ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ, ਜਦਕਿ ਦੋ ਲੋਕ ਗੰਭੀਰ ਜ਼ਖਮੀ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਫਗਵਾੜਾ ਤੋਂ ਸਾਹਮਣੇ ਆਇਆ, ਜਿੱਥੇ ਇਹ ਫਤਿਹਗੜ੍ਹ ਚੂੜੀਆਂ ਤੋਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਜਾ ਰਹੇ ਸੀ। ਤਾਂ ਕਾਰ ਦੇ ਵਿੱਚ 4 ਵਿਅਕਤੀ ਸਵਾਰ ਸੀ ਤੇ ਲਵਲੀ ਯੂਨੀਵਰਸਿਟੀ ਦੇ ਨਜ਼ਦੀਕ ਪੁਲ ਦੇ ਕੋਲ ਪਹੁੰਚਦੇ ਆ ਤਾਂ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਸ ਹਾਦਸੇ ਦੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ, ਜਦਕਿ ਦੋ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਕਿ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਫਿਲਹਾਲ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਤੇ ਪੂਰੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਦਰਦਨਾਕ ਹਾਦਸਾ ਹੋਇਆ ਹੈ ਜਿਸ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ, ਤਾਂ ਪੁਲਿਸ ਹੁਣ ਇਸ ਸੰਬੰਧੀ ਜਾਂਚ ਕਰ ਰਹੀ ਹੈ। ਤਾਂ ਦੱਸ ਦਈਏ ਕਿ ਹਾਦਸੇ ਤੋਂ ਬਾਅਦ ਮੌਕੇ ਤੇ ਵੱਡਾ ਜਾਮ ਵੀ ਲੱਗ ਜਾਂਦਾ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਨੂੰ ਖੁਲਵਾਇਆ ਵੀ ਜਾਂਦਾ। ਸਾਡੇ ਕੋਲ ਅੱਜ 15 ਤਰੀਕ ਨੂੰ ਕਰੀਬ 11:30 ਵਜੇ ਸਵੇਰੇ ਹਰਮਨਦੀਪ ਸਿੰਘ ਸਨ ਆਫ ਅਵਤਾਰ ਸਿੰਘ ਜੋ ਕਿ ਕਿਸ਼ਨ ਨਗਰ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਅਤੇ ਨਰਿੰਦਰ ਸਿੰਘ ਸਨ ਆਫ ਜਸਪਾਲ ਸਿੰਘ ਜੋ ਕਿ ਫਤਿਹਗੜ੍ਹ ਚੂੜੀਆਂ ਡਿਸਟ੍ਰਿਕਟ ਗੁਰਦਾਸਪੁਰ ਦਾ ਰਹਿਣ ਵਾਲਾ ਸੀ, ਦੋਨਾਂ ਦੀ ਡੈੱਡ ਬੋਡੀ ਸਾਡੇ ਕੋਲ ਲੈ ਕੇ ਆਇਆ ਪੁਲਿਸ ਵਾਲੇ। ਅਤੇ ਇਹਨਾਂ ਦਾ ਜੋ ਮੌਤ ਦਾ ਕਾਰਨ ਹੈ ਉਹ ਸਾਨੂੰ ਪਤਾ ਲੱਗਿਆ ਕਿ ਐਲਆਈਜੀ 'ਚ ਰੋਡ ਸਾਈਡ ਐਕਸੀਡੈਂਟ ਦਾ ਕੇਸ ਹੈਗਾ ਅਤੇ ਜੋ ਕਿ ਝੇੜੂ ਦੇ ਨਜ਼ਦੀਕ ਵਾਪਰਿਆ, ਸਾਡੇ ਕੋਲ ਡੈੱਡ ਬੋਡੀਜ਼ ਲੈ ਕੇ ਆਏ ਪੁਲਿਸ। ਅਤੇ ਅਗਲੀ ਕਾਰਵਾਈ ਦੀ ਅਸੀਂ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਅਤੇ ਅਗਲੀ ਕਾਰਵਾਈ ਫਿਰ ਉਹ ਪੋਸਟਮਾਰਟਮ ਕਰਵਾਉਣਗੇ। ਮਾਮਲਾ ਸਰ, ਇਹ ਜਿਹੜੇ ਪੁਲ ਦੇ ਉੱਪਰ ਖੜਿਆ ਸੀ, ਇਹ ਲਵਲੀ ਦਾ ਬ੍ਰਿਜ ਹੈ, ਇੱਥੇ ਐਕਸੀਡੈਂਟ ਹੋਇਆ ਸੀ, ਗੱਡੀ ਇੱਕ ਖੜੀ ਸੀਗੀ ਅਤੇ ਪਿੱਛੋਂ ਇੱਕ ਗੱਡੀ ਆ ਰਹੀ ਸੀ, ਉਹ ਹੁਸ਼ਿਆਰਪੁਰ ਦੇ ਰਹਿਣ ਵਾਲੇ, ਜਲੰਧਰ ਤੋਂ ਹੁਸ਼ਿਆਰਪੁਰ ਜਾਣਾ ਸੀਗਾ। ਉਹਨਾਂ ਨੇ ਸਰ ਗੱਡੀ ਲੈ ਕੇ ਬੰਦੇ ਖੜਿਆਂ ਦੇ ਵਿੱਚ ਮਾਰੀ ਹੈ, ਜਿਹੜੀ ਦੋਵਾਂ ਦੀ ਡੈੱਥ ਹੋ ਗਈ ਆ, ਜਲੰਧਰ ਭੇਜਿਆ ਗਿਆ ਪਰ ਉੱਥੋਂ ਫੋਨ ਆਇਆ ਵੀ ਡੈੱਥ ਹੋ ਗਈ। ਦੋ ਲੜਕੇ ਸੀਗੇ, ਦੋ ਲੜਕੇ ਸੀਗੇ ਜੀ, ਉਹ ਕਾਹਤੇ ਸੀਗੇ ਗੱਡੀਆਂ ਜੀ? ਇਹ ਗੱਡੀ ਦੇ ਵਿੱਚ ਸੀ, 4 ਬੰਦੇ ਸੀਗੇ, 2 ਠੀਕ ਆ ਅਤੇ 4 ਬੰਦੇ ਜਿਹੜੇ ਹੇਮਕੁੰਟ ਸਾਹਿਬ ਜਾ ਰਹੇ, ਹੇਮਕੁੰਟ ਸਾਹਿਬ ਤੋਂ ਹੇਮਕੁੰਟ ਸਾਹਿਬ ਪਿੰਡ, ਇਹਨਾਂ ਦਾ ਫਤਿਹਗੜ੍ਹ ਚੂੜੀਆਂ ਜ਼ਿਲ੍ਹਾ ਅੰਮ੍ਰਿਤਸਰ ਆ ਜੀ। ਅਤੇ ਕਿੰਨੇ ਕੁ ਵਜੇ ਹੋਇਆ ਇਹ ਹਾਦਸਾ? ਸਰ ਅੱਧਾ ਪੌਣਾ ਘੰਟਾ ਹੋ ਗਿਆ ਜੀ, ਅਸੀਂ ਮੌਕੇ 'ਤੇ ਪਹੁੰਚ ਕੇ ਫਿਰ ਰੋਡ ਜਿਹੜਾ ਕਲੀਅਰ ਕਰਵਾਇਆ, ਬਿਲਕੁਲ ਜਿਹੜਾ ਰੋਡ ਆ ਕਲੀਅਰ ਚੱਲ ਰਿਹਾ ਜੀ। ਅਤੇ ਦੋ ਦੀ ਡੈੱਥ ਹੋ ਗਈ, ਦੋ ਦੀ ਡੈੱਥ ਹੋ ਗਈ ਸਰ, ਅਤੇ ਰੈਫਰ ਉੱਥੇ ਕੀਤਾ ਅੰਮ੍ਰਿਤਸਰ ਕਰਤੀ ਜੀ, ਉਹਨਾਂ ਦੀ ਹਾਲਤ ਮਾੜੀ ਸੀਗੀ, ਇਸ ਕਰਕੇ ਉਹਨਾਂ ਨੂੰ ਅੰਮ੍ਰਿਤਸਰ ਜਲੰਧਰ ਭੇਜਿਆ ਗਿਆ, ਮਾੜੀ ਨਹੀਂ ਭੇਜਿਆ ਜਲੰਧਰ ਭੇਜਿਆ।